ਫਾਜ਼ਿਲਕਾ ਦੇ ਕੈਨਾਲ ਗੈਸਟ ਹਾਊਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਵਧਾਈ ਦੇਣ ਦੇ ਲਈ ਫਿਰੋਜ਼ਪੁਰ ਤੋਂ ਪਹੁੰਚੀ ਮਹਿਲਾ ਵਿੰਗ ਦੀ ਆਗੂ ਸੁਸ਼ੀਲ ਬੱਟੀ। ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵਧਾਈ ਦੇਣ ਦੇ ਲਈ ਫਿਰੋਜ਼ਪੁਰ ਤੋਂ ਮਹਿਲਾ ਵਿੰਗ ਦੀ ਆਗੂ ਸੁਸ਼ੀਲ ਬੱਟੀ ਪਹੁੰਚੀ, ਜਿਨ੍ਹਾਂ ਵੱਲੋਂ ਇੱਥੇ ਉਹਨਾਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਹੁਣ ਆਮ ਆਦਮੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ। ਉਹਨਾਂ ਨੇ ਕਿਹਾ ਅੱਜ ਉਹ ਸਪੈਸ਼ਲ ਫਿਰੋਜ਼ਪੁਰ ਤੋਂ ਇੱਥੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਵਧਾਈ ਵੀ ਦਿੱਤੀ ਗਈ ਹੈ। ਉਹਨਾਂ ਦੇ ਨਾਲ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੀ MC ਪੂਜਾ ਲੂਥਰਾ ਸਿਦੇਵਾ ਵੀ ਮੌਜੂਦ ਰਹੇ। ਹਾਂਜੀ, ਕੀ ਨਾਮ ਤੁਹਾਡਾ ਜੀ? ਸੁਸ਼ੀਲ ਬੱਟੀ। ਮੈਂ ਜ਼ਿਲ੍ਹਾ ਅਧਿਅਕਸ਼ ਫਿਰੋਜ਼ਪੁਰ ਤੋਂ, ਜ਼ੋਨ ਜਵੈਂਟ ਸੈਕਟਰੀ ਹਾਂ। ਕਿੰਦੇ ਚ ਜੀ? ਮਹਿਲਾ ਵਿੰਗ ਚ। ਕੀ ਕਹੋਗੇ ਤੁਸੀਂ ਅੱਜ? ਤੁਸੀਂ MLA ਸਾਹਿਬ ਨੂੰ ਫਾਈਲ ਕਰ ਮਿਲੇ ਸੀ? ਅਸੀਂ ਜੀ ਇਹਨਾਂ ਨੂੰ ਅੱਜ ਵਧਾਈ ਪੱਤਰ ਦੇਣ ਵਾਸਤੇ ਆਏ ਹਾਂ। ਜਿਵੇਂ ਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਨੇ, ਉਹਨਾਂ ਵਿੱਚੋਂ ਫਾਜ਼ਿਲਕਾ ਵੀ ਇੱਕ ਹੈ। ਅਤੇ ਫਾਜ਼ਿਲਕਾ ਇੱਕ ਪਿਛੜਾ ਇਲਾਕਾ ਹੋਣ ਕਰਕੇ, ਬਾਰਡਰ ਏਰੀਆ ਹੈਗਾ, ਇਸ ਕਰਕੇ ਅਸੀਂ ਇਹ ਗੱਲ ਕਹਾਂਗੇ ਵੀ 40 ਸਾਲ ਜਿਹੜੇ ਲੋਕਾਂ ਨੇ ਸੰਤਾਪ ਹੰਡਾਇਆ, ਕੁਝ ਅੱਛਾ ਕਰਕੇ ਦਿਖਾਉਣਗੇ ਆਮ ਆਦਮੀ ਪਾਰਟੀ ਵੱਲੋਂ। ਮਹਿਲਾ ਵਿੰਗ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚ ਕਿਹੜੇ ਸੰਸਥਾ ਦੇ ਵਿੱਚ? ਮੈਂ ਜੀ ਮਹਿਲਾ ਅਧਿਅਕਸ਼ਾ ਜ਼ੋਨ ਜਵੈਂਟ ਸੈਕਟਰੀ 2016 ਵਿੱਚ ਸੀਗੀ, ਅੱਜ ਜ਼ਿਲ੍ਹਾ ਅਧਿਅਕਸ਼ਾ ਫਿਰੋਜ਼ਪੁਰ ਤੋਂ। ਆਮ ਆਦਮੀ ਪਾਰਟੀ? ਹਾਂਜੀ। ਕੀ ਕਹੋਗੇ ਤੁਸੀਂ ਅੱਜ MLA ਸਾਹਿਬ ਨੂੰ ਇਹਨਾਂ ਨੂੰ ਮਿਲਵਾਇਆ ਜੀ? ਅੱਜ ਸੁਸ਼ੀਲ ਭੱਟੀ ਜੀ ਦੇ ਨਾਲ, ਜੋ ਕਿ ਫਿਰੋਜ਼ਪੁਰ ਦੇ ਮਹਿਲਾ ਵਿੰਗ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਨਾਲ ਅਸੀਂ ਅੱਜ ਨਰਿੰਦਰ ਸਵਨਾ ਜੀ ਨੂੰ ਮਿਲਣ ਆਏ ਹਾਂ, ਜੋ ਸਾਡੇ ਫਾਜ਼ਿਲਕਾ ਦੇ MLA ਨੇ। ਔਰ ਅੱਜ ਸੁਸ਼ੀਲ ਭੱਟੀ ਮੈਮ ਸਪੈਸ਼ਲ ਉਹਨਾਂ ਨੂੰ ਵਧਾਈ ਦੇਣ ਆਏ ਨੇ।